ਪ੍ਰੋਡਿਊਸਰ ਦੇ ਘਰ ਵਾਲੇ ਨੂੰ ਲੋਕੀ ਮੁਫਤੀ ਮੈਸੇਜ ਲਿਖਣ ਨੂੰ ਤਰਸਦੇ ਆ ਹੈਲੋ ਮੈਮ ਗੁੱਡ ਮਾਰਨਿੰਗ ਮੈਮ ਤੈਨੂੰ ਤੇ ਅਗਲਾ ਪੈਸੇ ਦੇ ਰਿਹਾ ਸੀ ਉਹ ਤੂੰ ਬਕਵਾਸ ਬੰਦ ਕਰ ਮੈਨੂੰ ਐ ਸੀ ਮੇਰਾ ਕੋਈ ਗਾਣਾ ਨਹੀਂ ਦੂਗਾ ਬੰਦ ਕਰ ਟੀਵੀ ਬੰਦ ਕਰ ਤੇਰੀ ਰਿਪੋਰਟ ਕਾਰਡ ਆ ਗਈ ਤੂੰ ਦੱਸਿਆ ਕਿਉਂ ਨਹੀਂ मैं सोचा उस दिन दसूंगा जिस दिन थोड़ी पापा ना लड़ाई नहीं हो नहीं तो थोड़ी लड़ाई च मेरे रिजल्ट ने अग च पेट्रोल दा काम कर देना अग च क्यों हुंदा है पेट्रोल नहीं हुंदा पंजाबी किन्ने नंबर आए तेरे छे दसां चो सौ चो इन्ने घट नंबर किसे दे किवें आ सकदे ने रीचेक करा के मतलब दस नंबर आई सी मैं सर नु कहा सर इन्ने घट नंबर किसे दे किवें आ सकदे ने सर ने रीचेक किता दस चो चार होर कटते यार कटने ते नब्बे पचानवे आलिया दे कटो जे दस नंबर आलिया दे चार चार कटोगे बेचारिया कोल रहूगा की तेरे पापा बहुत गुस्सा करनगे ऐसे टीचर नु गुस्सा करना ही चाहिए टीचर नु नी तेनु ले आ गए तेरे पापा हुन जुत्तियां खाण लई तैयार हो जा ਕੀ ਗੱਲ ਹੋ ਗਈ ਤੁਸੀਂ ਚੁੱਪ ਖੜੇ ਹੋ ਪਾਪਾ ਪਾਣੀ ਪੀਓਗੇ ਤੁਹਾਡੇ ਮੁੰਡੇ ਦਾ ਰਿਜ਼ਲਟ ਆ ਗਿਆ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਮੈਨੂੰ ਉਦੋਂ ਹੀ ਪਾਣੀ ਪੁੱਛਦਾ ਜਦੋਂ ਇਹਦਾ ਰਿਜ਼ਲਟ ਆਇਆ ਹੁੰਦਾ ਫਿਰ ਕਿੱਥੇ ਤੱਕ ਪਹੁੰਚੀ ਐਤਕੀ ਗੱਡੀ ਤੁਸੀਂ ਸਮਝੋ ਇਸ ਵਾਰ ਗੱਡੀ ਸਟਾਰਟ ਹੀ ਨਹੀਂ ਹੋਈ ਮਤਲਬ ਮੈਥਸ ਕਿੰਨੇ ਨੰਬਰ ਆਏ ਤੇਰੇ ਨਹੀਂ ਆਏ ਮੈਥਸ ਦਾ ਰਿਜ਼ਲਟ ਨਹੀਂ ਆਇਆ ਮੈਥਸ 'ਚ ਜ਼ੀਰੋ ਆਇਆ ਨਲੈਕ ਦਾ ਆਪਾਂ ਤਾਂ ਇਹਦੇ ਸਕੂਲ ਟੀਚਰ ਕੋਲ ਇਹਦੇ ਮੈਥਸ ਦੀ ਟਿਊਸ਼ਨ ਵੀ ਲਵਾਈ ਸੀ 8000 ਰੁਪਇਆ ਮਹੀਨੇ ਦਾ ਲੈਂਦਾ ਤੇ ਇਹਨੂੰ ਜ਼ੀਰੋ ਦੇ ਰਿਹਾ ਪਾਪਾ ਬਾਕੀ ਸਭ ਨੂੰ ਪਾਸ ਕੀਤਾ ਸਿਰਫ ਤੁਹਾਡੇ ਮੁੰਡੇ ਨੂੰ ਫੇਲ ਕੀਤਾ ਮੈਨੂੰ ਪਿਛਲੇ ਹਫ਼ਤੇ ਉਹਦਾ ਫੋਨ ਆਇਆ ਸੀਗਾ ਕਹਿੰਦਾ ਟਿਊਸ਼ਨ ਦੀ ਫੀਸ ਵਧਾਓਗੇ ਮੈਂ ਕਿਹਾ ਨਹੀਂ ਹੱਸ ਕੇ ਫੋਨ ਰੱਖਤਾ ਹੁਣ ਸਮਝ ਆਇਆ ਹੱਸਿਆ ਕਿਉਂ ਸੀ ਕਦੋਂ ਤੱਕ ਆਪਣੇ ਮੁੰਡੇ ਦੀਆਂ ਨਲੇਕੀਆਂ ਹੋਰ ਕਿਸੇ ਤੇ ਪਾਉਂਗੇ ਬਿਲਕੁਲ ਐਤਕੀ ਨਹੀਂ ਇਹਨੂੰ ਛੱਡਣਾ ਇਹਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਇਹ ਫੇਲ ਹੁੰਦਾ ਰਹੂਗਾ ਤੇ ਆਪਾਂ ਕੁਛ ਨਹੀਂ ਕਰਾਂਗੇ ਬਿਲਕੁਲ ਇਹਨੂੰ ਕੋਈ ਬੜੀ ਸਜ਼ਾ ਦਿਓ ਸਜ਼ਾ ਤਾਂ ਇਹਨੂੰ ਮਿਲਣੀ ਚਾਹੀਦੀ ਹੈ ਕੱਟੀ ਕੱਲ ਸ਼ਾਮ ਤੱਕ ਮੇਰੇ ਨਾਲ ਗੱਲ ਨਾ ਕਰੀ ਕੋਸ਼ਿਸ਼ ਕਰੂੰਗਾ ਮੇਰੇ ਨਾਲ ਗੱਲ ਨਾ ਕਰੀ ਇਹ ਤੁਸੀਂ ਸਜ਼ਾ ਦਿੱਤੀ ਹੈ ਕਿ ਇਨਾਮ ਹੁਣ ਮੈਨੂੰ ਸਮਝ ਆਇਆ ਤੁਸੀਂ ਇੰਨੇ ਨਲਾਇਕ ਕਿਵੇਂ ਬਣੇ ਤੁਹਾਡੇ ਮਾਂ ਬਾਪ ਨੇ ਨਾ ਤੁਹਾਡੀ ਪੜ੍ਹਾਈ ਤੇ ਜ਼ੋਰ ਹੀ ਨਹੀਂ ਦਿੱਤਾ ਤੇਰੇ ਮਾਂ ਬਾਪ ਨੇ ਤਾਂ ਤੇਰੀ ਪੜ੍ਹਾਈ ਤੇ ਜ਼ੋਰ ਦਿੱਤਾ ਸੀ ਨਾ ਤੈਨੂੰ ਕਿੱਥੋਂ ਦਾ ਡੀਸੀ ਲਵਾਤਾ ਤਮੀਜ਼ ਨਾਲ ਗੱਲ ਕਰੋ ਕੰਗ ਸਾਹਿਬ ਇਹ ਮੈਂ ਜਿਹਦੇ ਕਰਕੇ ਤੁਹਾਡੀ ਦੁਕਾਨ ਚੱਲ ਰਹੀ ਹੈ ਤੇਰੇ ਕਰਕੇ ਕਿਵੇਂ ਚੱਲ ਰਹੀ ਹੈ ਤੂੰ ਪੈਸੇ ਦਿੱਤੇ ਸੀ ਦੁਕਾਨ ਪੈਸੇ ਨਾਲ ਨਹੀਂ ਚੱਲਦੀ ਦਿਮਾਗ ਨਾਲ ਚੱਲਦੀ ਹੈ ਦਿਮਾਗ ਨਾਲ ਉਹ ਮਠਾਈ ਦੀ ਦੁਕਾਨ ਆ ਮੇਰੀ ਕੋਈ ਚੈਸ ਦਾ ਕੋਚਿੰਗ ਸੈਂਟਰ ਨਹੀਂ ਖੋਲ ਰੱਖਿਆ ਜਿਹੜਾ ਦਿਮਾਗ ਨਾਲ ਚੱਲੇ ਇਹ ਮੇਰਾ ਹੀ ਆਈਡੀਆ ਸੀ ਕਿ ਤੁਸੀਂ ਆਪਣੀ ਮਠਾਈ ਦੀ ਦੁਕਾਨ ਗੁਰਦੁਆਰੇ ਦੇ ਕੋਲ ਖੋਲੋ ਤੁਸੀਂ ਤਾਂ ਆਪਣੇ ਦੋਸਤ ਨਾਲ ਮਿਲ ਕੇ ਜਿਮ ਦੇ ਕੋਲ ਖੋਲ ਰਹੇ ਸੀਗੇ ਇੱਕ ਕਿਲੋ ਮਠਾਈ ਨਹੀਂ ਵੇਚ ਸਕਿਆ ਤੁਹਾਡਾ ਦੋਸਤ ਉਹ ਸਾਹਮਣੇ ਦੀ ਰੇਹੜੀ ਵਾਲਾ ਉਬਲੇ ਆਂਡੇ ਵੇਚ ਕੇ ਨਾ ਉਹਦੀ ਦੁਕਾਨ ਖਰੀਦ ਲੈ ਗਿਆ ਤੁਹਾਡਾ ਵੀ ਇਹੀ ਹਾਲ ਹੋਣਾ ਸੀ ਮੇਰੇ ਤਾਂ ਨਾ ਖੂਨ ਚ ਦਿਮਾਗ ਹੈ ਦਿਮਾਗ ਤੇ ਇਸ ਨਲੈਕ ਚ ਕਿਹੜਾ ਮਿਊਨਿਸਪੈਲਿਟੀ ਦਾ ਪਾਣੀ ਦੌੜ ਰਿਹਾ ਇਹਦੇ ਚ ਤਾਂ ਤੇਰਾ ਹੀ ਖੂਨ ਆ ਕਿਉਂ ਇਹਦੇ ਚ ਤੁਹਾਡਾ ਖੂਨ ਨਹੀਂ ਮਿਕਸ ਹੋ ਗਿਆ ਵਾਹ ਮਤਲਬ ਘਰ ਚ ਜੋ ਚੰਗਾ ਹੋਵੇ ਉਹ ਤੇਰੇ ਕਰਕੇ ਜੋ ਮਾੜਾ ਹੋਵੇ ਉਹ ਮੇਰੇ ਕਰਕੇ ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਵੀ ਇਹ ਲੱਗਦਾ ਸਵਾਹ ਲੱਗਦਾ ਮੈਨੂੰ ਇੱਕ ਗੱਲ ਕੰਨ ਖੋਲ ਕੇ ਸੁਣਨਾ ਮੇਰੀ ਇਹ ਮੇਰਾ ਪੁੱਤਾ ਲਿਆਊਗਾ ਮੈਥਸ ਜ਼ੀਰੋ ਇਹਦੀ ਮਰਜ਼ੀ ਫੇਰ ਮੇਰੀ ਤੁਸੀਂ ਤੇ ਤੁਹਾਡਾ ਪੁੱਤ ਦੋਨੋਂ ਜਾਣੇ ਕੰਨ ਖੋਲ ਕੇ ਇੱਕ ਗੱਲ ਸੁਣ ਲਓ ਐਵੇਂ ਹੀ ਆਪਣੀਆਂ ਮਰਜ਼ੀਆਂ ਕਰਦਾ ਰਿਹਾ ਨਾ ਤਾਂ ਇੱਕ ਦਿਨ ਤੁਹਾਡੇ ਖਾਨਦਾਨ ਵਰਗਾ ਪਾਗਲ ਹੋ ਜਾਊਗਾ ਖਬਰਦਾਰ ਜੇ ਮੇਰੇ ਖਾਨਦਾਨ ਨੂੰ ਪਾਗਲ ਕਿਹਾ ਕੌਣ ਆ ਮੇਰੇ ਖਾਨਦਾਨ 'ਚ ਪਾਗਲ ਕਿਉਂ ਤੁਹਾਡੇ ਚਾਚੇ ਦਾ ਇਲਾਜ ਨਹੀਂ ਚੱਲ ਰਿਹਾ ਹਾਂ ਬਸ ਇੱਕ ਚਾਚਾ ਜੀ ਨੇ ਬਸ ਚਾਚੇ ਦਾ ਚੈੱਕ ਹੋ ਗਿਆ ਉਹਦਾ ਪਤਾ ਚੱਲ ਗਿਆ ਬਾਕੀ ਸਭ ਨੂੰ ਚੈੱਕ ਕਰਾ ਲਓ ਸਭ ਪਾਗਲ ਨਿਕਲਣਗੇ ਦਾਦੇ ਤੁਹਾਡੇ ਨੂੰ ਜਦੋਂ ਗੁੱਸਾ ਚੜਦਾ ਨੀਂਦ 'ਚ ਗਾਲਾਂ ਕੱਢਦਾ ਡੈਡੀ ਤੁਹਾਡੇ ਨੂੰ ਜਦੋਂ ਗੁੱਸਾ ਚੜਦਾ ਆਪਣੇ ਆਪ ਤੇ ਚਪੇੜਾ ਮਾਰਦਾ ਹਲੇ ਪਾਗਲ ਨਹੀਂ ਪੁੱਤ ਪੜ੍ਹ ਲਿਆ ਕਰ ਕੱਲ ਨੂੰ ਕਿਤੇ ਗੁੱਸੇ 'ਚ ਮੈਂ ਨਾ ਤੇਰੇ ਟੀਚਰਾਂ ਦੇ ਦੰਦੀਆਂ ਪੜ੍ਹਦਾ ਫਿਰਾਂ